ਅਸਲਾਮੁਅਲੈਕੁਮ ਸੰਗਤ, ਕਿਆ ਹਾਲ ਹੈ? ਠੀਕ ਉਖਰੀਆ ਤੇ ਈ ਵੀਡੀਓ ਸਾਊਦੀ ਅਰਬ ਦੀਆਂ ਕੁਝ ਖਬਰਾਂ ਤੁਹਾਡੇ ਸ਼ੇਅਰ ਕਰਨ ਆਵਾਂ। ਪਹਿਲੀ ਖਬਰ, ਕੱਲ ਜੁਮੇ ਵਾਲੇ ਜਾ ਰਹੇ ਅਲ ਰੈਨ ਤੇ ਬਿਸ਼ਾ ਰੋਡ ਦੇ ਉੱਤੇ ਟ੍ਰੈਫਿਕ ਹਾਦਸਾ ਥਏ। ਈ ਹਾਦਸੇ ਦੇ ਵਿੱਚ 14 ਗਾਡੀਆਂ ਆਪਾ ਤੇ ਟਕਰਾ ਗਏ ਨੇ ਅੰਧਾਰ ਦੀ ਵਜ੍ਹਾ ਨੇ। ਈ ਹਾਦਸੇ ਦੇ ਵਿੱਚ 4 ਅਫਰਾਦ ਮੌਕੇ ਦੇ ਉੱਤੇ ਅੱਲਾ ਕੋ ਪਿਆਰੇ ਥਏ ਨੇ ਤੇ 19 ਜ਼ਖਮੀ ਥਏ ਨੇ। ਇਹਨੇ 19 ਦੇ ਵਿੱਚੋਂ ਇੱਕ ਮਜ਼ੀਦ ਵੀ ਅੱਲਾ ਕੋ ਪਿਆਰਾ ਥੀ ਗਏ। 8 ਅਫਰਾਦ ਮਾਮੂਲੀ ਜ਼ਖਮੀ ਹਨ, ਜੇਕੂ ਇਬਤਦਾਈ ਤਿੱਬੀ ਇਮਦਾਦ ਫਰਾਹਮ ਕਰਨ ਦੇ ਬਾਅਦ ਹਸਪਤਾਲ ਤੋਂ ਫਾਰਗ ਕਰ ਦਿੱਤੇ ਨੇ ਅਤੇ ਮਜ਼ੀਦ 10 ਅਫਰਾਦ ਹਸਪਤਾਲਾਂ ਵਿੱਚ ਹਨ। ਵੀ ਖਬਰ ਪਕੜ ਦੇ ਹਵਾਲੇ ਨਾਲ, ਪਿਛਲੇ ਇੱਕ ਹਫ਼ਤੇ ਦੇ ਦੌਰਾਨ ਸਾਊਦੀ ਅਰਬ ਦੇ ਮੁਖਤਲਿਫ ਇਲਾਕਿਆਂ ਤੋਂ 12 ਮੁਹਰਮ ਨੇ ਗਿਣਤੇ 18 ਮੁਹਰਮ ਤੱਕ 21,193 ਗੈਰ ਮੁਲਕੀ ਪਕੜੇ ਨੇ ਗੈਰ ਕਾਨੂੰਨੀ। ਇਹਨਾਂ ਦੇ ਵਿੱਚ 12,997 ਇੰਜੇ ਗੈਰ ਮੁਲਕੀ ਹਨ ਜਿਹੜੇ ਇਕਾਮਾ ਕਾਨੂੰਨ ਦੀ ਖਿਲਾਫਵਰਜ਼ੀ ਕੀਤੀ ਖੜ੍ਹੇ ਹਨ। ਇਹ ਉਹ ਗੈਰ ਮੁਲਕੀ ਹੁੰਦੇ ਵੀ ਜਿਹਦੇ ਕੋਲ ਮੁੰਡੋ ਇਕਾਮਾ ਕਹਿ ਨਹੀਂ ਹੁੰਦਾ ਜਾਂ ਇਕਾਮੇ ਦੇ ਉੱਤੇ ਹਰੂਬ ਹੁੰਦਾ ਹੈ। 5,657 ਇੰਜੇ ਗੈਰ ਮੁਲਕੀ ਪਕੜੇ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਦੇ ਜ਼ਰੀਏ ਸਾਊਦੀ ਅਰਬ ਵਿੱਚ ਦਾਖਲ ਥੀ ਚੁੱਕੇ ਹਨ। 2,449 ਇੰਜੇ ਗੈਰ ਮੁਲਕੀ ਪਕੜੇ ਨੇ ਜਿਹੜੇ ਲੇਬਰ ਕਾਨੂੰਨ ਦੀ ਖਿਲਾਫਵਰਜ਼ੀ ਕੀਤੀ ਖੜ੍ਹੇ ਹਨ। ਇਹ ਉਹ ਗੈਰ ਮੁਲਕੀ ਹੁੰਦੇ ਵੀ ਜਿਹੜੇ ਆਪਣੇ ਕਫੀਲ ਨੇ ਇਲਾਵਾ ਵੀ ਜਾ ਤੇ ਆਜ਼ਾਦ ਕੰਮ ਕਰਨ ਜੋ ਪਕੜੇ ਵੇਂਦੇ ਵੇਨ। 1,785 ਇੰਜੇ ਗੈਰ ਮੁਲਕੀ ਪਕੜੇ ਨੇ ਜਿਹੜੇ ਇੱਕ ਹਫ਼ਤੇ ਦੇ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਦੇ ਜ਼ਰੀਏ ਸਾਊਦੀ ਅਰਬ ਵਿੱਚ ਦਾਖਲ ਥਿਵਾਉਣ ਦੀ ਕੋਸ਼ਿਸ਼ ਕਰੇ ਨੇ ਪਾਨ। ਇਹਨਾਂ ਦੇ ਵਿੱਚ ਜ਼ਿਆਦਾਤਰ ਯਮਾਨੀ ਅਤੇ ਅਥੋਪੀਏ ਨੇ। 55 ਇੰਜੇ ਅਫਰਾਦੀ ਪਕੜੇ ਨੇ ਜਿਹੜੇ ਇੱਕ ਹਫ਼ਤੇ ਦੇ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਦੇ ਜ਼ਰੀਏ ਸਾਊਦੀ ਅਰਬ ਨੂੰ ਛੋੜ ਤੇ ਵੇਂਦੇ ਪਾਨ ਅਤੇ 18 ਸਹੂਲਤਕਾਰੀ ਪਕੜੇ ਨੇ ਜਿਹੜੇ ਗੈਰ ਕਾਨੂੰਨੀ ਅਫਰਾਦ ਨੂੰ ਮੁਖਤਲਿਫ ਕਿਸਮ ਦੀ ਸਹੂਲਤ ਫਰਾਹਮ ਕਰਦੇ ਹਨ। ਵੀ ਖਬਰ, ਹਰਮ ਸ਼ਰੀਫ ਦੀ ਇੰਤਜ਼ਾਮੀਆ ਮਜ਼ਦੂਰ ਅਤੇ ਬਿਮਾਰ ਅਫਰਾਦ ਦੀ ਸਹੂਲਤ ਕੀਤੇ ਮਖਸੂਸ ਗਲਫ ਗਾਡੀਆਂ ਮਸਜਿਦ ਹਰਮ ਸ਼ਰੀਫ ਦੀ ਛੱਤ 'ਤੇ ਚਲਾਉਣ ਸ਼ੁਰੂ ਕਰ ਦਿੱਤੀਆਂ ਨੇ। ਇਹਨਾਂ ਗਾਡੀਆਂ ਦੇ ਜ਼ਰੀਏ ਮਜ਼ਦੂਰ ਅਫਰਾਦ ਅਤੇ ਜਿਹੜੇ ਬਿਮਾਰ ਹੋ ਸਨ ਵੀਲਚੇਅਰਾਂ ਲਈ ਕੁਰਸੀਆਂ ਇਸਤੇਮਾਲ ਕਰਦੇ ਵੇਨ ਉਹਨੇ ਕੋ ਤਵਾਫ ਕਰਵਾਏ ਸਨ। ਮਸਜਿਦ ਹਰਮ ਦੀ ਛੱਤ ਦੇ ਉੱਤੇ ਪਹਿਲੇ ਵੀ ਗਲਫ ਗਾਡੀਆਂ ਮੌਜੂਦ ਹਨ, ਲੇਕਿਨ ਉਹ ਸਿਰਫ ਬਜ਼ੁਰਗ ਅਫਰਾਦ ਕੀਤੇ ਹਨ। ਹੁਣ ਇਹ ਗਾਡੀਆਂ ਜਿਹੜੇ ਉਮਰਾ ਜ਼ਾਹਰੀਨ ਬਿਮਾਰ ਹੋ ਸਨ ਜਾਂ ਮਜ਼ਦੂਰ ਹੋ ਸਨ ਉਹਨੇ ਕੋ ਹੀ ਸਹੂਲਤ ਫਰਾਹਮ ਕਰੇ ਸਨ, ਕਿਉਂਕਿ ਇਹਨੇ ਗਾਡੀਆਂ ਦੇ ਨਾਲ ਸਲੋਪ ਲਗਾ ਹੋਏ ਵੀਲਚੇਅਰਿੰਗ ਸਲੋਪ ਦੇ ਜ਼ਰੀਏ ਗਾਡੀ ਦੇ ਅੰਦਰ ਪਏ ਹੋਏ ਸਨ। ਹਰਮ ਸ਼ਰੀਫ ਨੇ ਇਲਾਵਾ ਮਦੀਨਾ ਮਨੌਰਾ ਮਸਜਿਦ ਨਬਵੀਯਤੀ ਇਹ ਗਾਡੀਆਂ ਮੌਜੂਦ ਹਨ ਜਿਹੜੇ ਜ਼ਾਹਰੀਨ ਕੋ ਮਸਜਿਦ ਨਬਵੀ ਦੇ ਦਰਵਾਜ਼ੇ ਤੱਕ ਪਹੁੰਚਾਉਂਦੀਆਂ ਹਨ। ਵੀ ਖਬਰ, ਰਿਆਲ ਰੇਟ ਦੇ ਬਾਰੇ ਵੇ, ਅੱਜ ਹਫ਼ਤੇ ਵਾਲੇ ਜਾੜੇ 27 ਜੁਲਾਈ ਨੂੰ ਸਾਊਦੀ ਅਰਬ ਦਾ ਜਿਹੜਾ ਰਿਆਲ ਰੇਟ ਪਾਕਿਸਤਾਨ ਕਿਤੇ ਚੱਲਦਾ ਪਏ ਫੌਰੀ ਬੈਂਕ ਅਲ ਜਜ਼ੀਰਾ ਦੇ ਉੱਤੇ 73.46 ਵੇ, STC ਪੇ ਦੇ ਉੱਤੇ 73.32 ਵੇ, ਤਾਵੇਲ ਅਲ ਰਾਜੀ ਦੇ ਉੱਤੇ 73.28 ਵੇ, ਵੈਸਟਰਨ ਯੂਨੀਅਨ ਦੇ ਉੱਤੇ 73.69 ਵੇ, ਮਨੀਗ੍ਰਾਮ ਦੇ ਉੱਤੇ 73.08 ਵੇ, ਇੰਜਾਜ਼ ਬੈਂਕ ਅਲ ਬਿਲਾਦ ਦੇ ਉੱਤੇ 73.48 ਵੇ ਅਤੇ ਜਿਹੜਾ ਅੱਜ ਐਕਸਚੇਂਜ ਰਿਆਲ ਰੇਟ ਚੱਲਦਾ ਪਏ ਇਹ 74.19 ਵੇ ਪਾਕਿਸਤਾਨ ਕਿਤੇ। ਠੀਕ ਹੈ ਸੰਗਤ, ਇਹ ਸਾਊਦੀ ਅਰਬ ਦੀਆਂ ਥੋੜ੍ਹੀਆਂ ਬਹੁਤ ਖਬਰਾਂ ਜਿਹੜਾ ਤੁਹਾਨੂੰ ਸ਼ੇਅਰ ਕੀਤੀ ਮੀ। ਇਹ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਵੀ ਕਰਾਏ ਅਤੇ ਬਿਨੇ ਬਿਰਾਂ ਨਾਲ ਸ਼ੇਅਰ ਵੀ ਕਰਾਏ। ਅੱਲਾ ਹਾਫਿਜ਼।